ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਹਲਕੇ ਦੇ ਪਿੰਡ ਖਾਨਪੁਰ ਵਿਖੇ ਬ੍ਰਹਮਲੀਨ ਕਰਮਯੋਗੀ ਮਹਾਵਿਦਿਆਦਾਨੀ ਸਤਿਗੁਰ ਇੰਦਰੇਸ਼ ਚਰਨਦਾਸ ਮਹਾਰਾਜ ਜੀ ਦਾ 100ਵਾਂ ਜਨਮ ਦਿਨ ਬੜੇ ਹੀ ਜੋਸ਼ੋ ਖਰੋਸ਼ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੋਂ ਗੁਰੂ ਮਹਾਰਾਜ ਜੀ ਦੀ ਪਾਲਕੀ ਨਾਲ ਸ਼ੋਭਾ ਯਾਤਰਾ ਕੱਢ ਕੇ ਕੀਤਾ ਗਿਆ। ਸਾਰੇ ਨਗਰ ਦੀ ਪਰਿਕਰਮਾ ਕਰਦੇ ਹੋਏ ਸ਼ੋਭਾ ਯਾਤਰਾ ਦੀ ਸਮਾਪਤੀ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਖਾਨਪੁਰ ਵਿਖੇ ਹੋਈ। ਪ੍ਰਿੰਸੀਪਲ AK ਸੈਮਵਾਲ ਵੱਲੋਂ ਸਾਰਿਆਂ ਦਾ ਜੀ ਆਇਆਂ ਕਰਦਿਆਂ ਹੋਇਆਂ ਗੁਰੂ ਜੀ ਦੀ ਜੀਵਨੀ 'ਤੇ ਝਾਤ ਪਾਈ ਗਈ। ਸਮਾਗਮ ਵਿੱਚ ਜੀਤ ਬਾਬਾ ਬੈਲਜੀਅਮ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ। ਸਮਾਗਮ ਵਿੱਚ ਪੁੱਜੀ ਸੰਗਤ ਲਈ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇੰਜੀਨੀਅਰ ਨਰਿੰਦਰ ਬੰਗਾ ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਸਾਰੇ ਕਲਾਕਾਰਾਂ, ਅਫਸਰਾਂ, ਸਕੂਲ ਸਟਾਫ, ਬੱਚਿਆਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ। ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆਉਂਦੀਆਂ ਨੇ, ਉਦੋਂ ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆਉਂਦੀਆਂ ਆਉਂਦੀਆਂ। ਬਾਪੂ ਦੀ ਯਾਦ ਕਦੋਂ ਆਉਂਦੀ ਹੈ? ਇਹ ਰਿਸ਼ਤੇ ਖੂਨ ਦੇ ਰਿਸ਼ਤੇ, ਬਾਪੂ ਦੀ ਯਾਦ ਕਦੋਂ ਆਉਂਦੀ ਹੈ? ਕਹਿਣ ਨੂੰ ਬਾਪੂ ਬੜਾ ਸਖਤ ਹੁੰਦਾ, ਪਰ ਜ਼ਿੰਦਗੀ ਦਾ ਐਕਸਪੀਰੀਅੰਸ ਲੈ ਕੇ ਉਹ ਤੁਹਾਨੂੰ ਹਰ ਪਾਸਿਓਂ ਰੋਕਦਾ ਜਦੋਂ, ਤਾਂ ਸਾਨੂੰ ਸਖਤ ਲੱਗਦਾ ਹੁੰਦਾ। ਅਦਰਵਾਈਜ਼ ਬਾਪ ਵਰਗਾ ਰਿਸ਼ਤਾ ਕਿਹੜਾ? ਜਦੋਂ ਘਰ ਦੀ ਜਿੰਮੇ ਵਾਰੀ ਸਿਰ ਤੇ ਪੈ ਜਾਵੇ, ਜਾਂ ਫਿਰ ਧੀ ਦਾ ਕੰਨਿਆ ਦਾਨ ਅਧੂਰਾ ਰਹਿ ਜਾਵੇ, ਓਏ ਜਦੋਂ ਪਿਓ ਦੀ ਥਾਂ ਤੇ ਚਾਚਾ ਕਾਜ਼ਰ ਚਾਉਂਦਾ, ਉਦੋਂ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ, ਉਦੋਂ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ। ਇੱਕ ਸਾਡੇ ਮਾਤਾ ਜੀ ਆਏ ਆ ਮੇਰੇ ਕੋਲ, ਮੈਨੂੰ ਮਿਲ ਕੇ ਗਏ ਆ, ਕਹਿੰਦੇ ਧੀਆਂ ਦੀ ਯਾਦ ਕਦੋਂ ਆਉਂਦੀ ਹੈ? ਮਾਤਾ ਜੀ, ਧੀਆਂ ਦੀ ਯਾਦ ਮੈਂ ਤੁਹਾਨੂੰ ਦੱਸਦਾ, ਇਹ ਬੇਟੀਆਂ ਕਦੋਂ ਯਾਦ ਆਉਂਦੀਆਂ? ਇੱਕ ਵਾਰ ਬੇਟੀਆਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਹੋ ਜਾਣ ਪਲੀਜ਼। ਬੇਟੀਆਂ ਕਦੋਂ ਯਾਦ ਆਉਂਦੀਆਂ? ਕਿ ਜਦੋਂ ਪੰਜ ਪੰਜ ਪੁੱਤਰ ਹੋਣ ਤਾਂ ਮਾਪੇ ਰੁਲ ਜਾਵਣ, ਲੱਗ ਕੇ ਟੱਬਰਾਂ ਪਿੱਛੇ ਮਾਂ ਪਿਓ ਆਪਣੇ ਭੁੱਲ ਜਾਵਣ, ਜਦੋਂ ਰੁਲਦੇ ਮਾਪੇ ਆ ਕੇ ਗਲ ਨਾਲ ਲਾਉਂਦੀਆਂ, ਉਦੋਂ ਰੱਬ ਤੋਂ ਪਹਿਲਾਂ ਧੀਆਂ ਚੇਤੇ ਆਉਂਦੀਆਂ ਨੇ, ਉਦੋਂ ਰੱਬ ਤੋਂ ਪਹਿਲਾਂ ਧੀਆਂ ਚੇਤੇ ਆਉਂਦੀਆਂ। ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਭੰਗਾ ਸਾਹਿਬ ਜੀ। ਮੈਂ ਕਿਤੇ ਜਾ ਕੇ ਨਾ, ਮੈਂ ਆਪਣੀ ਬੇਟੀ ਦੇ ਨਾਲ ਡੋਲੀ ਤੋੜਨੀ ਹੈ ਜਾ ਕੇ ਕਿਤੇ। ਮੇਰਾ ਵੱਡਾ ਭਰਾ ਹਰਜਿੰਦਰ ਬੱਲ ਮੈਨੂੰ ਉਡੀਕ ਰਿਹਾ। ਇੱਕ ਨਜ਼ਰ ਨਾਲ ਬਦਲ ਦੇਵੇ ਮੱਥੇ ਦੀਆਂ ਲਕੀਰਾਂ ਨੂੰ, ਲੋਕੀ ਕਹਿੰਦੇ ਜੋੜੇ ਗੰਢ ਦਾ ਉਹ ਗੰਢ ਦਾ ਤਕਦੀਰਾਂ ਨੂੰ, ਲੋਕੀ ਕਹਿੰਦੇ ਜੋੜੇ ਉਹ ਗੰਢ ਦਾ ਤਕਦੀਰਾਂ। ਦੁਨੀਆ ਦੇ ਠੁਕਰਾਇਆ ਹੋਇਆ ਨੂੰ ਉਸ ਗਲ ਨਾਲ ਲਾਇਆ, ਨਾ ਹੱਕਿਆਂ ਨੂੰ ਹੱਕ ਤੇ ਮਾਣ, ਬੇਮਾਣਿਆਂ ਤਾਈਂ ਦੁਆਇਆ।
ठकर वालिया शेर बना दे, ठकर वालिया शेर बना दे, तोड़ के सब जंजीरां लोकी कहंदे जोड़े गंढदा ओ गंढदा तकदीरां। सतगुरु सच्चे पातशाह श्री गुरु रविदास महाराज जी वास्ते जोरदार ताड़ियां प्लीज, और अपने अपने गुरुआं वास्ते जोरदार ताड़ियां, संत अंग्रेज जी महाराज उन्हां वास्ते जोरदार ताड़ियां। ब्यूरो रिपोर्ट सांझ टीवी, नवीं ते ताजा खबरां सब तो पहला वेखण लई साडा YouTube चैनल सबसक्राइब करो। सांझ टीवी ते सिर्फ खबरां जानण दे लई नहीं, सभ्याचारक प्रोग्राम, खास मुलाकात दे विच सोशल इशू, पॉलिटिकल इशू, इन्हां सारे इशूज नूं जानण दे लई सबसक्राइब करो अपना YouTube चैनल सांझ टीवी।